ਪੰਜਾਬ ਕਾਂਗਰਸ ਹਮੇਸ਼ਾ ਹੀ ਚੋਣਾਂ ਦੇ ਵਿੱਚ ਆਪਣੇ 카ਟੋ ਕਲੇਸ਼ ਦੇ ਕਾਰਨ ਚਰਚਾਬਾ ਵਿੱਚ ਰਹਿੰਦੀ ਹੈ ਤੇ ਹੁਣ ਪਾਰਟੀ ਦੇ ਵਿੱਚ ਬਾਗੀ ਸੋਰ ਉਠਣੇ ਸ਼ੁਰੂ ਹੋ ਗਏ ਨੇ ਕਿਉਂਕਿ ਫਰੀਦਕੋਟ ਸੀਟ ਇਸ ਵੇਲੇ ਕਾਂਗਰਸ ਦੇ ਲਈ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਹੈ ਤੇ ਨਾਲ ਹੌਟ ਸੀਟ ਵੀ ਬਣ ਗਈ ਹੈ ਇਸ ਵੇਲੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਨੂੰ ਕਾਂਗਰਸ ਚਾਹਦੀ ਸੀ ਉਮੀਦਵਾਰ ਐਲਾਨਣਾ ਪਰ ਉਥੇ ਹੀ ਹੁਣ ਸਾਬਕਾ ਵਿਧਾਇਕ ਸੁਖਵਿੰਦਰ ਡੈਨੀ ਦੇ ਵੱਲੋਂ ਚੋਣ ਨਾ ਲੜਨ ਦਾ ਫੈਸਲਾ ਲੈ ਲਿਆ ਗਿਆ ਉਹ ਕੀ ਕਾਰਨ ਨੇ ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਚੋਣ ਨਹੀਂ ਲੜਨਗੇ ਤੇ ਨਾਲ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਨਾਲ ਉਹਨਾਂ ਨੇ ਨਿਰਾਸ਼ਗੀ ਜਤਾਈ ਹੈ ਸਾਬਕਾ ਸੀਐਮ ਜਲੰਧਰ ਤੋਂ ਉਮੀਦਵਾਰ ਚਰਨਦੀਪ ਸਿੰਘ ਚੰਨੀ ਤੇ ਨਾਲ ਰਾਜਾ ਵਿਰਿੰਗਨੂਵੀ ਉਹਨਾਂ ਨੇ ਕਹਿ ਰਿਹਾ ਹੈ ਖਾਸੀ ਲੰਬੀ ਚੌੜੀ ਪੋਸਟ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਨਾਲ ਨਰਾਜ਼ਗੀ ਵੀ ਜਤਾਈ ਹੈ ਆਖਿਰਕਾਰ ਉਹ ਵੋਟ ਕਿਉਂ ਨਹੀਂ ਲੜ ਰਹੇ ਨੇ ਤੇ ਇਸ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤਦ ASCII ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਰਿੰਗ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਿਹਾ ਹੈ ਪਾਰਟੀ ਦੇ ਵਿੱਚ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ ਸੀਨੀਅਰ ਲੀਡਰ ਤੇ ਸਾਫ ਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਫਰੀਦਕੋਟ ਲੋਕ ਸਭਾ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ ਉਹਨਾਂ ਨੇ ਪਾਰਟੀ ਦੇ ਵਿੱਚ ਟਿਕਟ ਨੂੰ ਜਿਹੜਾ ਕਿ ਪਾਰਟੀ ਦੇ ਵੱਲੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ ਉਹਨਾਂ ਨੂੰ ਦਾਅਵੇਦਾਰੀ ਵਾਪਸ ਲੈਣ ਦੇ ਲਈ ਵੀ ਕਹਿ ਦਿੱਤਾ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਾਲਮਿਕੀ ਤੇ ਮੱਝ ਵੀ ਸਮੁਦਾਏ ਦੇ ਮਾਮਲੇ ਨਾ ਹੱਲ ਹੋਣ ਦੇ ਕਾਰਨ ਉਹ ਨਿਰਾਸ਼ ਨੇ ਤੇ ਨਾਲ ਹੀ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਸਾਫ ਦਾ ਸੀਐਮ ਨੂੰ ਸਵਾਲ ਵੀ ਕਾਫੀ ਕੀਤੇ ਨੇ ਤੇ ਨਾਲੇ ਵੀ ਇੱਕ ਸਵਾਲ ਕੀਤਾ ਕਿ ਆਖਿਰਕਾਰ ਕਿਉਂ ਜਿਹੜੇ ਹੈ ਲੋਕ ਜਾਂ ਫਿਰ ਮਜਵੀ ਸਿੱਖ ਪਾਈਚਾਰਾ ਸਾਫ ਦਾ ਸੀਐਮ ਨੂੰ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸਮਰਥਨ ਦੇਣ ਜਾਂ ਫਿਰ ਵੋਟ ਪਾਣ ਇਸ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਕੀਤੇ ਨੇ ਤਾਂ ਸੁਖਵਿੰਦਰ ਡੈਨੀ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਮੈਂ ਚਰਨਜੀਤ ਸਿੰਘ ਚੰਨੀ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਬਾਲਮਿਕੀ ਮਜਵੀ ਸਿੱਖ ਸਮਾਜ ਉਹਨਾਂ ਨੂੰ ਵੋਟ ਜਾਂ ਫਿਰ ਸਮਰਥਨ ਕਿਉਂ ਦੇਣ ਜਦੋਂ ਕਿ ਆਪਣੇ ਸਮੁਦਾਏ ਦੇ ਜਿਹੜੇ ਸਭ ਤੋਂ ਵੱਧ ਉਹਨਾਂ ਦੇ ਮੈਂਬਰ ਨੇ ਤੇ ਨਾਲ ਉਨਾ ਦੇ ਵੱਲੋਂ ਜਿਹੜੇ ਆਰਖਣ ਦੇ ਅਧਿਕਾਰ ਵੀ ਜਿਹੜੇ ਹੈ ਉਹ ਖੋਹ ਲਈ ਗਏ ਨੇ ਇਸ ਕਾਰਨ ਕਾਫੀ ਲੰਬੇ ਸਮੇਂ ਤੋਂ ਉਹ ਨਾਰਾਜ਼ ਸੀ ਦਲਿਤ ਤੇ ਪੀੜਿਤ ਵਰਗ ਦੇ ਆਰਖਣ ਦੀ ਸਭ ਤੋਂ ਜ਼ਿਆਦਾ ਲੋੜ ਕਿਸ ਨੂੰ ਹੈ ਇਸ ਬਾਰੇ ਵਿਸ਼ਵਾਲਾ ਨੇ ਪੁੱਛਿਆ ਹੈ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮਜਬੂਤ ਸਿੱਖ ਸਮੁਦਾਇ ਜੋ ਕਿ ਸਭ ਤੋਂ ਵੱਧ ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ ਹੈ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਚੰਨੀ ਇੱਕ ਲੋਕਤੰਤ੍ਰਿਕ ਪ੍ਰਯੋਗਿਕਤਾ ਦੇ ਵਿੱਚ ਮੇਰੇ ਸਮਾਜ ਦੇ प्रति જવાબਦੇਹ ਹੈ ਇਸ ਕਰਕੇ ਮੈਂ ਆਪਣੇ ਸਮਾਜ ਦੇ ਨਾਲ ਪੂਰਨ ਤੌਰ ਦੇ ਉਤੇ ਖੜਾ ਹਾਂ ਧਿਆਨ ਵਾਲੇ ਆਪਣੀ ਸਮਾਜ ਦੀ ਪੀੜ੍ਹੀਆਂ ਦੇ ਭਵਿੱਖ ਦੇ ਲਈ ਲੜਦਾ ਰਹਾਂਗਾ ਤੇ ਇਸ ਵਾਰ ਮੈਂ ਲੋਕ ਸਭਾ ਚੋਣਾਂ ਫਰੀਦਕੋਟ ਤੋਂ ਨਹੀਂ ਲੜਨਾ ਚਾਹੁੰਦਾ ਤੇ ਇਸ ਕਰਕੇ ਮੈਂ ਪਾਰਟੀ ਨੂੰ ਅਨੁਰੋਧ ਕਰਦਾ ਹਾਂ ਕਿ ਪਾਰਟੀ ਜਿਹੜੀ ਦਾਵੇਦਾਰੀ ਹੈ ਉਹ ਵਾਪਸ ਲੈ ਲਵੇ ਇਸ ਨਾਲ ਹੀ ਫਰੀਦਕੋਟ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਹੌਟ ਸੀਟ ਬਣ ਗਈ ਹੈ ਇਸ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਸੀਟਾਂ ਆਂਦੀਆਂ ਨੇ ਇਸ ਸਮੇਂ ਗਿਰਦਰਵਾਹਨ ਉਛਾੜ ਕੇ ਸਾਰੀ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਜਿਗਰੀ ਦੋਸਤ ਕਮੇਡੀ ਕਰਮਜੀਤ ਸਿੰਘ ਕਰਮਜੀਤ ਅਨਮੋਲ ਜਿਹੜੇ ਨੇ ਉਚੋਣ ਮੈਦਾਨ ਦੇ ਵਿੱਚ ਉਤਰੇ ਨੇ ਜਦੋਂ ਕਿ ਪਾਜਬਾ ਦੇ ਵੱਲੋਂ ਗਾਇਕ ਹੰਸ ਰਾਜ ਹੰਸ ਦਾਵੇਦਾਰ ਨੇ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਕਾਂਗਰਸ ਨੇ ਅਜੇ ਤੱਕ ਇੱਥੇ ਕੋਈ ਵੀ ਆਪਣਾ ਉਮੀਦਵਾਰ ਨਹੀਂ ਅਲਾਨਿਆ ਤੇ ਹੁਣ ਕਾਂਗਰਸ ਦੇ ਵਿੱਚ ਫਰੀਦਕੋਟ ਸੀਟ ਦੇ ਉੱਤੇ ਵੀ ਬਾਗੀ ਸੁਰ ਉਠਣੇ ਸ਼ੁਰੂ ਹੋ ਗਏ ਨੇ ਤੇ ਨਾਲ ਸਾਫ ਕਾਸ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਵੀ ਸਵਾਲ ਜਵਾਬ ਵਿਧਾਇਕ ਸਾਭ ਦਾ ਵਿਧਾਇਕ ਦੇ ਵੱਲੋਂ ਕੀਤੇ ਗਏ ਨੇ ਜਨਤਕ ਤੌਰ ਦੇ ਉੱਤੇ ਰਾਜਾ ਵੜਿੰਗ ਦੇ ਨਾਲ ਗੱਲਬਾਤ ਦਾ ਸਕਰੀਨਸ਼ਾਟ ਵੀ ਉਹਨਾਂ ਨੇ ਸਾਂਝਾ ਕੀਤਾ ਗਿਆ ਸਾਭ ਦਾ ਐਮਐਲਏ ਦੇ ਵੱਲੋਂ ਚੰਨੀ ਨੂੰ ਜਿਹੜੇ ਸਵਾਲ ਕੀਤੇ ਗਏ ਨੇ ਚੰਨੀ ਸਾਹਿਬ ਇਹਨਾਂ ਸਵਾਲਾਂ ਦੇ ਕੀ ਕੁਝ ਜਵਾਬ ਦਿੰਦੇ ਨੇ ਕਿ ਆਖਿਰਕਾਰ ਕਿਉਂ ਸਵਾਲਮੇ ਕੀ ਪਾਈਚਾਰਾ ਮਜਬੂਤ ਸਿੱਖ ਪਾਈਚਾਰਾ ਉਹਨਾਂ ਨੂੰ ਵੋਟ ਦੇਣ ਦੇਖਣਾ ਹੋਵੇਗਾ ਇਸ ਪੂਰੇ ਮਾਮਲੇ ਦੇ ਉੱਤੇ ਚੰਨੀ ਸਾਹਿਬ ਦਾ ਕੀ ਰੀਐਕਸ਼ਨ ਹੋਵੇਗਾ ਕਿ ਉਹ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ